ਭਾਈ ਬੰਦਾ ਉੱਤੋਂ ਥੱਲੇ ਡਿੱਗਾ, ਹੈਲਮਟ ਪਾਇਆ ਸੀ ਅਤੇ ਹੈਲਮਟ ਕਰਕੇ ਉਹਦਾ ਬਚਾਅ ਆਇਆ, ਲੱਤਾਂ ਉਹਦੀਆਂ ਦੋਵੇਂ ਫੈਕਚਰ ਹੋ ਗਏ। ਹਾਂਜੀ, ਬੈਟਰੀ ਰਿਕਸ਼ੇ ਵਾਲੇ ਜਿਹੜੇ ਆਏ ਉਹ ਫੋਨ ਚੁੱਕੇ ਭੱਜ ਗਏ, ਠੀਕ ਹੈ, ਕਿ ਕੋਈ ਲਾਗੇ ਖਲੋਤਾ ਨਹੀਂ। ਇਨਸਾਨੀਅਤ ਕਿੰਨੀ ਸ਼ਰਮ ਸਰ ਹੋਈ, ਉਹਦਾ ਮੋਬਾਈਲ ਡਿੱਗਿਆ, ਕੋਈ ਬੈਟਰੀ ਆ, ਬੈਟਰੀ ਰਿਕਸ਼ੇ ਵਾਲਾ ਫੋਨ ਚੁੱਕ ਕੇ ਲੈ ਗਿਆ, ਉਹਨੂੰ ਚੁੱਕਣ ਦੀ ਬਜਾਏ ਫੋਨ ਚੁੱਕ ਕੇ ਭੱਜ ਗਿਆ ਬੰਦਾ, ਫੋਨ ਚੁੱਕ ਕੇ ਭੱਜ ਗਿਆ ਵੀ ਤੂੰ। ਮੇਰਾ ਨਾਮ ਜੀ ਉਮੇਸ਼ ਕੁਮਾਰ। ਅਤੇ ਕੀ ਹੋਇਆ, ਕੀ ਜਿਹੜਾ ਐਕਸੀਡੈਂਟ ਹੋਇਆ? ਭਾਅ ਜੀ ਬੰਦਾ ਉੱਤੋਂ ਥੱਲੇ ਡਿੱਗਾ, ਹੈਲਮਟ ਪਾਇਆ ਸੀ ਅਤੇ ਹੈਲਮਟ ਕਰਕੇ ਉਹਦਾ ਬਚਾਅ ਆਇਆ, ਲੱਤਾਂ ਉਹਦੀਆਂ ਦੋਵੇਂ ਫੈਕਚਰ ਹੋ ਗਏ। ਹਾਂਜੀ, ਮੁੰਡੇ ਦੀ ਵੀ ਪਛਾਣ ਹੋਈ, ਕੌਣ ਹੈਗਾ ਜੀ, ਕਿੱਥੋਂ ਆ ਰਿਹਾ? ਪਛਾਣ ਉਹਦੇ ਮਾਲਕ ਆ ਗਏ ਸੀ ਫੈਕਟਰੀ, ਬੈਟਰੀ ਰਿਕਸ਼ੇ ਵਾਲੇ ਜਿਹੜੇ ਆਏ ਉਹ ਫੋਨ ਚੁੱਕ ਕੇ ਭੱਜ ਗਏ, ਠੀਕ ਹੈ, ਕਿ ਕੋਈ ਲਾਗੇ ਖਲੋਤਾ ਨਹੀਂ, ਠੀਕ ਹੈ। ਔਨ ਦੀ ਸਪੋਰਟ 'ਤੇ ਖਲੋਣਾ ਚਾਹੀਦਾ ਅੱਜ ਕੱਲ੍ਹ, ਅਤੇ ਭਾਵੇਂ ਕਿਸੇ ਨੂੰ ਵੀ ਕੁਛ ਹੋ ਸਕਦਾ। ਬੰਦੇ ਦੀ ਪਛਾਣ ਹੋਈ, ਕੋਈ ਕੌਣ ਹੈਗਾ ਜੀ? ਹਾਂ, ਵਰਕਰ ਹੈਗਾ ਸੀ ਕਿਸੇ ਫੈਕਟਰੀ ਦਾ, ਠੀਕ ਹੈ, ਸੁਪਰਵਾਈਜ਼ਰ ਸੀ। ਮੋਬਾਈਲ ਡਿੱਗਿਆ, ਕੋਈ ਬੈਟਰੀ ਆ, ਬੈਟਰੀ ਰਿਕਸ਼ੇ ਵਾਲਾ ਫੋਨ ਚੁੱਕ ਕੇ ਲੈ ਗਿਆ, ਚੁੱਕਣ ਦੀ ਬਜਾਏ ਫੋਨ ਚੁੱਕ ਕੇ ਭੱਜ ਗਿਆ ਬੰਦਾ, ਫੋਨ ਚੁੱਕ ਕੇ ਭੱਜ ਗਿਆ ਵੀ ਤੂੰ ਇਨਸਾਨ ਦੀ ਪਹਿਲੇ ਕੰਮ ਤੋਂ ਕੰਮ ਵੇਖੋ ਤੇ ਸਹੀ ਵੀ ਬੰਦਾ ਡਿੱਗਾ ਜਾਂ ਹੈਗਾ ਜਾਂ ਮਰ ਗਿਆ। ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ, ਅੱਜ ਉਹਦੇ ਨਾਲ ਆਇਆ, ਕੱਲ ਨੂੰ ਮੇਰੇ ਨਾਲ ਵੀ ਹੋ ਸਕਦਾ, ਕਿਸੇ ਨਾਲ ਵੀ ਹੋਏਗਾ, ਜੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ ਇਸ ਤਰ੍ਹਾਂ ਜਿਹੜਾ ਮਰ ਜਾਏਗਾ ਬੰਦਾ। ਸਾਡੇ ਲਈ ਵੀ ਕੋਈ ਥੋੜਾ ਇਨਸਾਨੀਅਤ ਵੇਖਣਾ ਚਾਹੀਦਾ ਲੋਕਾਂ ਨੂੰ। ਫੋਨ ਚੁੱਕਿਆ ਭੱਜਿਆ, ਬਾਕੀ ਹੈਗਾ ਹੈਲਮਟ ਜ਼ਰੂਰ ਪਾਓ ਅਤੇ ਰੋਂਗ ਸਾਈਡ ਦਾ ਕੋਈ ਇੰਤਜ਼ਾਮ ਕਰਨਾ ਚਾਹੀਦਾ, ਜਾਨ ਬਚਾ ਦੇ, ਲੱਤਾਂ ਫ੍ਰੈਕਚਰ ਹੈ, ਉਸ ਦਾ ਰੀੜ ਦੀ ਹੱਡੀ ਫ੍ਰੈਕਚਰ ਹੋ ਗਿਆ, ਹੈਲਮਟ ਨੇ ਜਾਨ ਬਚਾ, ਹੈਲਮਟ। ਬਾਕੀ ਸਰਕਾਰ ਨੂੰ ਚਾਹੀਦਾ ਜਿਹੜਾ ਰੋਂਗ ਸਾਈਡ ਚੜ੍ਹਦੇ ਨੇ ਪੱਕਾ ਰੋਕ ਨਾਕਾ ਲਾਇਆ ਜਾਵੇ, ਤਾਂ ਕਿ ਰਾਤ ਨੂੰ ਵੀ ਲੋਕ ਨਾ ਚੜ੍ਹਨ। ਹੁਣ ਸਾਨੂੰ ਪੱਕਾ ਕਲੀਅਰ ਨਹੀਂ ਹੈਗਾ ਕਿ ਉਹ ਰੋਂਗ ਸਾਈਡ ਤੋਂ ਡਿੱਗਾ ਕਿ ਉਹ ਸਹੀ ਆ ਰਿਹਾ ਸੀ, ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹਜੇ। ਭਾਈ ਫਿਲਹਾਲ ਤਾਂ ਐਂਬੂਲੈਂਸ ਕਰਕੇ ਤੇ ਉਹਨੂੰ ਭੇਜਣ ਦੀ ਕੀਤੀ, ਮਾਲਕ ਵੀ ਉਹਦੇ ਆ ਗਏ ਸੀ ਕਿ ਉਹ ਲੈ ਕੇ ਗਏ, ਬਾਕੀ ਉਹਦੀ ਵਾਹਿਗੁਰੂ ਰੱਖਿਆ ਕਰੇ ਉਹਦੀ ਸਿਹਤ ਦੀ। ਹਾਂਜੀ ਸਰ, ਕੀ ਨਾਮ ਜੀ ਆਪਣਾ? ਸੁਨੀਲ ਕੁਮਾਰ। ਅਤੇ ਸਰ ਜਿਹੜਾ ਐਕਸੀਡੈਂਟ ਹੋਇਆ ਕਿਹਦਾ ਹੋਇਆ, ਜਾਣਦੇ ਜੇ ਲੜਕੇ ਨੂੰ? ਹਾਂਜੀ, ਸਾਡੀ ਫੈਕਟਰੀ ਦਾ ਲੜਕਾ ਹੈ। ਹਾਂਜੀ, ਕੀ ਨਾਮ ਜੀ ਉਹਦਾ? ਪ੍ਰਦੀਪ ਕੁਮਾਰ। ਅਤੇ ਕਿੱਥੋਂ ਦਾ ਰਹਿਣ ਵਾਲਾ ਸੀ? ਪੁਤਲੀ ਘਰ। ਅਤੇ ਫੈਕਟਰੀ ਤੋਂ ਘਰ ਜਾ ਰਿਹਾ ਸੀ? ਘਰ ਛੁੱਟੀ ਕਰਕੇ ਜਾ ਰਿਹਾ ਸੀ। ਅਤੇ ਕੀ ਐਕਸੀਡੈਂਟ ਕਿਹੜੀ ਜਗ੍ਹਾ 'ਤੇ ਹੋਇਆ? ਰਾਮ ਤਲਾਈ ਰੌਂਡ ਸੈਂਡ ਪੁੱਲ ਤੋਂ। ਹਾਂਜੀ, ਐਕਸੀਡੈਂਟ ਕਾਹਦੇ ਕਿਸ ਗੱਡੀ ਦੇ ਨਾਲ ਹੋਇਆ? ਉਹ ਸਾਨੂੰ ਇੰਨਾ ਨਹੀਂ ਪਤਾ ਸਰ, ਅਸੀਂ ਤਾਂ ਭੱਜ ਦੌੜ 'ਚ, ਫੋਨ ਆਇਆ ਕਿਸੇ ਦਾ ਅਤੇ ਅਸੀਂ ਆ ਗਏ ਹਾਂ। ਲੜਕੇ ਜਾਨ ਠੀਕ ਹੈ, ਬਾਕੀ ਹੈਲਮਟ ਪਾਇਆ ਸੀ ਉਹਨੇ, ਬਾਕੀ ਲੱਤਾਂ ਦੇ ਥੋੜ੍ਹਾ ਹੈ ਬਚਾਅ ਹੋ ਗਿਆ। ਹਾਂਜੀ ਹਾਂਜੀ ਸਰ, ਮੋਟਰਸਾਈਕਲ ਮੋਟਰਸਾਈਕਲ ਸਾਰਾ ਲੱਗਾ ਹੈ ਸਰ। ਹਾਦਸਾ ਅਜੇ ਜਾਂਚ ਕਰਦੇ ਪਏ ਹਾਂ ਜੀ, ਇੱਥੋਂ ਮੈਂ ਪੈਟਰੋਲਿੰਗ ਕਰਦਾ ਆਉਣ ਡਿਆ, ਬੰਦਾ ਇੱਥੇ ਡਿੱਗਿਆ ਸੀ, ਜਾਂ ਡਿਊਟੀ ਅਫਸਰ ਸਾਡੇ ਆਏ ਆ, ਪਤਾ ਲੱਗਾ ਵੀ 92 ਜਾ ਰਿਹਾ, ਉੱਤੇ ਕੋਈ ਲੱਗੀ ਗੱਡੀ ਦੇ ਨਾਲ, ਥੱਲੇ ਡਿੱਗ ਪਿਆ ਪੁਲ ਤੋਂ, ਅਤੇ ਅਸੀਂ ਮੌਕੇ 'ਤੇ ਐਂਬੂਲੈਂਸ ਬੁਲਾ ਕੇ ਅਤੇ ਡਿਊਟੀ ਅਫਸਰ ਆਏ, ਇਹਨਾਂ ਨੂੰ ਹੋਸਪਿਟਲ ਨੂੰ ਭੇਜਿਆ। ਉਸ ਤਰ੍ਹਾਂ ਠੀਕ ਆ, ਉਹਦੇ ਮਤਲਬ ਕਿ ਲੱਤਾਂ ਨੂੰ ਸੱਟਾਂ ਲੱਗੀਆਂ, ਪੁਲ ਤੋਂ ਉੱਤੋਂ ਡਿੱਗਿਆ, ਸਾਡੇ ਆਉਣ ਤੋਂ ਪਹਿਲਾਂ ਡਿੱਗ ਪਿਆ ਸੀ। ਨਹੀਂ, ਉਹ ਦੇਖਦੇ ਹਾਂ ਜੀ, ਜਾਂਚ ਕਰਦੇ ਹਾਂ, ਕੁਛ ਨਹੀਂ ਪਤਾ ਅਜੇ। ਡਿਊਟੀ ਅਫਸਰ ਆਏ ਆ, ਥਾਣੇ ਤੋਂ ਸੱਦੇ ਆ, ਉਹ ਦੇਖਦੇ ਆ ਕੀ ਗੱਲ ਹੋਈ ਆ, ਉਹ ਸਾਰੀ ਵੈਰੀਫਾਈ ਕਰਕੇ ਦੱਸਣਗੇ। ਦੇਖਦੇ ਹਾਂ ਜੀ, ਅਸੀਂ ਤਾਂ ਥੱਲਿਓਂ ਆ ਰਹੇ ਸੀ ਪੈਟਰੋਲਿੰਗ ਕਰਦੇ, ਅਤੇ ਜਦੋਂ ਸਾਨੂੰ ਪਤਾ ਲੱਗਾ, ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭੇਜਿਆ ਵਾ, ਬਾਕੀ ਉਹਨਾਂ ਦੇ ਪਤਾ ਲੱਗੂਗਾ ਬਿਆਨਾਂ 'ਤੇ, ਜਾਂ ਜਦੋਂ ਹੋਸ਼ ਥੋੜ੍ਹੀ ਕਰਦੇ ਆ ਵੀ ਕੀ ਗੱਲ ਹੋਈ ਆ, ਫਿਰ ਜੋ ਵੀ ਹੋਊਗਾ, ਮੌਕੇ 'ਤੇ ਡਿਊਟੀ ਅਫਸਰ ਆਏ ਸਾਡੇ, ਉਹ ਜੋ ਵੀ ਬਣਦੀ ਕਾਰਵਾਈ ਉਹ ਹੋਊਗੀ ਜੀ।